ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ। ਸਾਰਿਆਂ ਨੂੰ ਨਮਸਕਾਰ ਜੀ। ਹਾਂਜੀ ਬਾਬਾ ਜੀ, ਬਾਬਾ ਜੀ ਉਹ ਆਪਾਂ ਕਰੀਏ ਹੱਲ ਜੀ। ਕਾਹਦਾ ਮਸਲੇ ਦਾ? ਉਹ ਜਿਹੜਾ ਵੀਡੀਓ ਉਹ ਉਹਨਾਂ ਨੂੰ ਮਤਲਬ ਕਿ ਆਪਾਂ ਜਿਹੜੀ ਆਪਾਂ ਟੀਸ ਪਹੁੰਚਾਈ ਉਹਦਾ ਆਪਾਂ ਬਾਬਾ ਜੀ ਕਰੀਏ। ਹੈ ਜਿਹੜੀ ਆਪਾਂ ਫੋਟੋ ਬਾਰੇ ਬੋਲ ਕੇ ਤੁਸੀਂ ਸੰਦੇਸ਼ ਪਹੁੰਚਾਈ ਆ, ਆਪਾਂ ਉਹਦਾ ਹੱਲ ਕਰੀਏ। ਉਹ ਗੱਲ ਗੱਲ ਨਿਕਲ ਨਹੀਂ ਰਹੀ ਗੱਲ ਸੁਣ ਕੇ। ਨਹੀਂ ਕਿਹੜੀ ਵਾਲੇ ਉਹਨਾਂ ਨੂੰ ਫੋਟੋ ਵਾਲੀ ਕੇਸ ਪਹੁੰਚਾਈ ਜੀ? ਤੁਸੀਂ ਕਿਹਾ ਨੀ ਵੀ ਉਹ ਜਿਹੜਾ ਬਾਬਾ ਗੁਰਜੀਤ ਸਿੰਘ ਹੈ ਉਹ ਐਕਟਰਾਂ ਵਰਗੇ ਉਹਨਾਂ ਨੇ ਉਹ ਫਰਕ ਕਰ ਲਓ ਗੁਰੂ ਤੇ ਫੋਟੋ ਦੇ ਵਿੱਚ। ਉਹ ਆਪਾਂ ਮਤਲਬ ਇੱਕ ਵੀਡੀਓ ਪਾ ਕੇ ਮੈਂ ਕਦੇ ਕਥਾ ਜੀ ਨੀ ਬੋਲਿਆ ਤੁਹਾਡੇ ਨਾਲ, ਭਾਵੇਂ ਗੱਲ ਕੀਤੀ ਹੋਵੇ ਜਿਹੜੀ ਜੇਠ ਦੀ ਸੰਗਰਾਂਦ ਦੀ ਤੁਹਾਡੀ ਕਥਾ ਸੀ ਉਹਦੇ ਵਿੱਚ ਤੁਸੀਂ ਇਹ ਗੱਲ ਕੀਤੀ ਹੈ। ਠੀਕ ਹੈ ਕਿ ਆਹ ਆਪਾਂ ਡੁੱਬ ਕੇ ਮਰਨ ਵਾਲੀ ਗੱਲ ਆ ਵੀ ਜੇ ਆਪਾਂ ਉੱਠਦੇ ਸਾਰ ਬਾਬਿਆਂ ਦੀ ਫੋਟੋ ਨੂੰ ਧੂਫ ਦਿੰਦੇ ਹਾਂ। ਠੀਕ ਹੈ ਹਰੇਕ ਤੇ ਹੁੰਦਾ ਮੈਂ ਹੈਡ ਗ੍ਰੰਥੀ ਭੈਣ ਮੈਂ ਕਿਉਂ ਮੰਨਾ ਕਿਸੇ ਨੂੰ। ਸਿੱਧੀ ਤੁਹਾਨੂੰ ਮੈਂ ਗੱਲ ਦੱਸਦਾ ਮੋਟੀ ਮੋਟੀ, ਜੇ ਹੁਣ ਆਉਣਾ ਹੈ ਪੰਜਾਬ ਤਾਂ ਮੈਨੂੰ ਫੋਨ ਲਾ ਕੇ ਆਇਓ। ਅੱਛਾ ਜੀ, ਠੀਕ ਆ। ਜੇ ਜੁੱਤ ਚੈੱਕ ਕਰਨੀ ਆ ਵੀ ਤੂੰ ਕਰ ਕੀ ਸਕਦਾ? ਠੀਕ ਹੈ, ਆਹ ਮੇਰੀ ਰਿਕਾਰਡਿੰਗ ਚੱਲਦੀ ਪਈ ਆ, ਮੈਂ ਕੋਈ ਐ ਨੀ ਤੁਹਾਨੂੰ ਉਈ ਮੂੰਹ ਚੱਕ ਕੇ ਬੋਲਦਾ ਜਿਹੜਾ ਕੋਈ ਮੂੰਹ ਚ ਆਇਆ, ਐ ਨੀ। ਜੇ ਮੇਰੀ ਜੁੱਤ ਚੈੱਕ ਕਰਨੀ ਆ ਤਾਂ ਫੋਨ ਲਾ ਕੇ ਮੈਨੂੰ ਆਇਓ ਕਿ ਆਹ ਕੱਕ ਪੰਜਾਬ ਚ ਫੜਨ ਲੱਗਿਆ, ਜੇ ਤੂੰ ਹੈਗਾ ਤਾਂ ਕਰ ਲਾ ਕੁਛ, ਫਿਰ ਮੈਂ ਤੁਹਾਨੂੰ ਦੱਸੂਗੀ ਮੈਂ ਕੀ ਕਰ ਸਕਦਾ। ਠੀਕ ਹੈ ਨਾ, ਕਿਉਂਕਿ ਤਿੰਨ ਵਾਰ ਮੈਂ ਤੁਹਾਨੂੰ ਪਿਆਰ ਨਾਲ ਤੁਹਾਡੇ ਚਰਨਾਂ ਤੇ ਸਿਰ ਰੱਖ ਕੇ ਬੇਨਤੀ ਕਰਤੀ, ਬਾਬਾ ਜੀ ਨਾ ਕਰੋ ਪਲੀਜ਼। ਮੈਂ ਤੁਹਾਡੇ ਤੁਹਾਡਾ ਹੀ ਬੱਚਾ, ਤੁਹਾਡੇ ਤੋਂ ਅਸੀਂ ਗੁਰਬਾਣੀ ਪੜ੍ਹਨੀ ਸਿੱਖੀ ਹੈ, ਜੇ ਸਾਡਾ ਬਾਪੂ ਗਲਤ ਗੱਲ ਕਰੂਗਾ ਅਸੀਂ ਬਾਪੂ ਨੂੰ ਸਮਝਾਵਾਂਗੇ, ਪਰ ਤੁਹਾਡੇ ਉਹ ਗੱਲ ਨਹੀਂ ਪਈ ਖਾਨੇ। ਠੀਕ ਹੈ ਨਾ? ਠੀਕ ਹੈ ਜੀ। ਜੇ ਮੇਰੀ ਜੁੱਤ ਚੈੱਕ ਕਰਨੀ ਆ ਨਾ, ਕਹਿੰਦੀ ਰਣਜੀਤ ਸਿੰਘ ਜੀ ਤੁਹਾਨੂੰ ਕਹਿ ਰਿਹਾ ਮੈਂ, ਜੇ ਮੇਰੀ ਜੁੱਤ ਚੈੱਕ ਕਰਨੀ ਆ ਤਾਂ ਮੈਨੂੰ ਫੋਨ ਲਾ ਕੇ। ਨਹੀਂ ਮੈਂ ਕਿਸੇ ਨੂੰ ਕਿਹਾ ਜੀ ਮੈਂ ਜੁੱਤ ਚੈੱਕ ਕਰਨੀ, ਬਾਕੀ ਤੈਨੂੰ ਇਸ ਤਰ੍ਹਾਂ ਬੋਲਣ ਦੀ ਕਿਹਨੇ ਕਿਸ ਬੰਦੇ ਨੇ ਦੱਸਿਆ ਵੀ ਇਸ ਤਰ੍ਹਾਂ ਬੋਲੇਗਾ ਤੂੰ ਐਡਗ੍ਰੰਥੀ ਨਾਲ? ਮੇਰੀ ਗੱਲ ਸੁਣ ਬਾਬਾ ਜੀ, ਪਿਆਰ ਨਾਲ ਤੁਹਾਨੂੰ ਤਿੰਨ ਵਾਰ ਮੈਂ ਤੁਹਾਡੇ ਚਰਨਾਂ ਤੇ। ਨਹੀਂ ਪਿਆਰ ਕਰੋ ਨਾ ਕਰੋ ਮੈਨੂੰ ਨੀ ਪਤਾ, ਤੂੰ ਮੈਨੂੰ ਜੁਰਤ ਦੀਆਂ ਗੱਲਾਂ ਕਰੇ, ਮੈਂ ਤੈਨੂੰ ਜੁਰਤ ਦੀ ਗੱਲ ਕੀਤੀ ਕੋਈ? ਬਾਬਾ ਜੀ ਮੈਂ ਫਿਰ ਤੁਹਾਨੂੰ ਇਹੀ ਤਾਂ ਕਹਿਣਾ ਵਾ ਕਿ ਤੁਸੀਂ ਜਿਹੜੀ ਜਿਹੜੇ ਮਨ ਨੂੰ ਠੇਸ ਪਹੁੰਚੀ ਉਹਦੀ ਮਾਫ਼ੀ ਮੰਗੋ ਨਾ, ਗੱਲ ਮੁੱਕ ਗਈ। ਕਿਸ ਗੱਲ ਦੀ ਮਾਫ਼ੀ ਮੰਗ ਲਓ? ਜਿਹੜੀ ਸਾਡੇ ਮਨ ਨੂੰ ਠੇਸ ਪਹੁੰਚੀ ਤੁਸੀਂ ਬੋਲੇ ਹੋ। ਬਾਪੂ ਮੇਰੀ ਗੱਲ ਸੁਣ, ਫਿਰ ਉਹੀ ਗੱਲ ਆ ਗਈ ਉੱਥੇ ਨਾਨਕ ਸਰ ਦਾ ਨਾਂ ਨਹੀਂ ਲਿਆ। ਮੈਂ ਦੱਸਾਂ ਗੱਲ, ਇੱਕ ਮਿੰਟ ਮੇਰੇ ਮਹਾਰਾਜ ਬਾਣੀ ਦੀ ਕਾਕਾ ਤੂੰ ਜ਼ਿਆਦਾ ਬੋਲ ਰਿਹਾ, ਇਹ ਤੈਨੂੰ ਨਹੀਂ ਬੋਲਣਾ ਚਾਹੀਦਾ, ਇਹ ਮੇਰੀ ਭਾਸ਼ਾ ਨੀ ਹੈਗੀ, ਨਾ ਮੈਂ ਇਸ ਭਾਸ਼ਾ ਚ ਗੱਲ ਕਰਨੀ ਆ। ਨਹੀਂ ਭਾਸ਼ਾ, ਮੈਂ ਕਦੇ ਨਾਨਕ ਸਰ ਦਾ ਨਾਂ ਲਵਾਂ? ਮੈਂ ਗਲਤ ਬੋਲਿਆ, ਮੈਨੂੰ ਭੇਜ ਦੇ ਕਟਿੰਗ, ਭੇਜ ਦੇ ਜਿਹੜਾ ਮੈਂ ਗਲਤ ਬੋਲਿਆ, ਤੇ ਤੇਰੇ ਕਹਿਣ ਤੇ ਮਾਫ਼ੀ ਥੋੜਾ ਮੰਗਾਂਗਾ। ਵਟਸਐਪ ਕਰਾਂ ਹੁਣੇ? ਹਾਂ ਮੈਨੂੰ ਭੇਜੋ, ਤੁਸੀਂ ਜੋ ਮੈਂ ਗਲਤ ਬੋਲਿਆ ਮੈਨੂੰ ਭੇਜੋ। ਵੀ ਡੁੱਬ ਕੇ ਮਰਨ ਵਾਲੀ ਗੱਲ ਆ ਦੋ ਮਿੰਟ ਚ ਕੱਢ ਕੇ ਬਾਹਰ ਮਾਰਿਆ ਹੈ ਉਹ ਬੰਦਾ ਵਿਚਾਰਾ, ਉਹ ਖਾਲਸਾ ਪੰਥ ਦਾ ਪ੍ਰਚਾਰ ਕਰਦਾ ਹੀ ਮਰ ਗਿਆ ਉਹ ਹੈ। ਤੁਸੀਂ ਸਾਡੀ ਚੀਤੀ ਨੂੰ ਟੁੱਕ ਲਵਾ ਕੇ ਕਹਿ ਦਿੰਦੇ ਵੀ ਅਸੀਂ ਆਹ ਕੀਤਾ, ਵੜਨਾ ਨੀ ਜਾਂ ਕਿਤੇ ਹੋਰ ਵੜਨਾ ਨੀ, ਦੇਖ ਲੈਂਦੇ ਆ।
कोई गल नहीं, ठीक है ना, कोई गल नहीं।